सीधा दे सीधा हां कर अच्छा हां कर छे में ना लाते ले हां देखो सारी टेडी आई हम्म। दोस्तों नमस्कार, उद्यान एक्सप्रेस में आप सभी का स्वागत है। अबोहर की गोविंद नगरी में बीती रात चोर एक मकान में चल रहे निर्माण कार्य से गार्डर ही चुरा कर ले गए। पहले चोर कंधे पर गार्डर उठाकर ले गए और बाद में शटरिंग की प्लेटें उठाने के लिए रिक्शा लेकर आए, लेकिन पड़ोसी की आंख खुल जाने के कारण चोर अपने साथ लाया रिक्शा वहीं छोड़कर भाग गए। जानकारी देते हुए गोविंद नगरी गली नंबर 3 चौथा चौक निवासी सतविंदर पाल पुत्र नंदलाल ने बताया कि दो दिन पहले उसने 20,000 रुपये लगाकर अपने घर के बाहर एक थड़ी का निर्माण किया था। बीती रात करीब 2:30 बजे दो चोर आए और दो दिन पहले निर्माण की गई थड़ी के नीचे से गार्डर निकालकर कंधे पर उठाकर ले गए। इसके बाद चोर फिर रिक्शा लेकर आए और कड़छी से लोहे की प्लेटें निकालकर ले जाने लगे तो पड़ोसी की नींद खुल गई और चोर वहां से भाग गए। ਕੱਲ ਜੀ ਅਸੀਂ ਰਾਤ ਨੂੰ ਸੁੱਤੇ ਪਏ ਜੀ ਸ਼ਾਮ ਨੂੰ ਅਸੀਂ ਸਾਨੂੰ ਕੋਈ 12:30 ਟਾਈਮ ਹੋ ਗਿਆ ਜੀ। ਭਾਈ ਸਾਹਿਬ ਨੇ ਸਾਨੂੰ ਖਾਇਆ ਜੀ ਆ ਕੇ ਫਟਕਾ ਮਾਰਿਆ। ਮੇਰਾ ਮੁੰਡਾ ਉੱਠਿਆ ਪਹਿਲੇ ਜੀ, ਉਹਨੇ ਵੇਖਿਆ ਜੀ ਕੱਢ ਲਾ ਕੇ ਪਹਿਲਾਂ ਲੈ ਗਏ ਜੀ ਦੋ ਸਾਡੇ ਥੱਲੋਂ ਇਹਦੇ ਵਿੱਚੋਂ ਆਪਣੀ ਬੋਡੀ ਉਹ ਰੱਖਿਆ ਹੈ। ਦੁਬਾਰਾ ਆ ਕੇ ਇੱਕ ਕੜਛੀ ਲਿਆਏ ਆ ਜਿਹਦੇ ਨਾਲ ਖੁਰਚ ਕੇ ਆਪਣੀ ਸਾਡੀਆਂ ਥੱਲੇ ਪਲੇਟਾਂ ਲੱਗੀਆਂ ਹੋਈਆਂ ਜੀ ਇਹਦੀ ਸਪੋਰਟ ਜਿਹਨੂੰ ਕਹਿੰਦੇ ਆਪਾਂ ਉਹ ਪੱਟੀਆਂ ਜੋ ਦੋ ਪੱਟੀਆਂ ਦੇ ਪੱਟੀਆਂ ਨੇ ਉਹ ਕੁਝ ਖੜਕਾਇਆ ਦੇ ਨਾਲ ਜਾਗ ਆਈ ਹੈ ਜੀ ਉੱਠ ਕੇ ਇਹਨਾਂ ਖੜਕਾਇਆ ਬੂਹਾ ਅਤੇ ਜਦੋਂ ਇਹਨਾਂ ਬੂਹਾ ਖਾਇਆ ਭੱਜ ਗਏ ਜੀ ਰਕਸ਼ਾ ਲੈ ਕੇ ਉੱਥੋਂ ਘੁੰਮ ਕੇ ਰਕਸ਼ਾ ਛੱਡ ਕੇ ਆਪ ਫਿਰ ਚਲੇ ਗਏ ਜੀ ਸਾਨੂੰ ਪਤਾ ਨਹੀਂ ਲੱਗਿਆ ਜੀ। ਅਤੇ ਕਿੰਨੇ ਕੁ ਦਿਨ ਹੋਏ ਸੀ ਆ ਜਿਹੜੀ ਆ ਸਲੈਬ ਬਣੀ ਨੂੰ ਕੋਈ ਡਿੱਗ ਡੁੱਗ 14 ਤਰੀਕ ਨੂੰ ਪਾਈ ਹੈ ਜੀ ਅਸੀਂ। ਅੱਛਾ ਕਿ ਜੀ ਦੋ ਦਿਨ ਹੋਰ ਖੁੱਲ੍ਹ ਨਹੀਂ ਸਰ ਇਹ ਦੱਸ ਜੀ ਕਹਿੰਦੇ ਕੁਦਰਤੀ ਜੇ ਅਸੀਂ ਮਸਾਲਾ ਕਿੰਨਾ ਨੁਕਸਾਨ ਹੋ ਜਾਣਾ ਜੀ ਇੱਕ ਦੋ ਇੱਕ ਦਿਨ ਪਹਿਲਾਂ ਖੁੱਲ੍ਹ ਦੋ ਦਿਨ ਖੁੱਲ੍ਹ ਤਾਂ ਵੀ ਤੁਰ ਜਾਂਦੀ ਜੀ। ਇੱਕ ਫੱਟਾ ਡਿੱਗਿਆ ਇੱਥੇ ਤੇ ਮੈਂ ਅੰਦਰੋਂ ਤਾਲਾ ਲਾਉਣ ਲੱਗਿਆ। ਅੱਛਾ ਰਾਤ ਨੂੰ ਮੈਂ ਦੇਖਿਆ ਮੈਂ ਖੜਕਾ ਕਿਵੇਂ ਹੋਇਆ ਯਾਰ ਭੱਜ ਗਿਆ ਇਧਰੋਂ। ਅੱਛਾ ਕਿੰਨੇ ਕੁ ਬੰਦੇ ਸੀਗੇ? ਦੋ ਬੰਦੇ ਸੀ, ਇੱਕ ਤਾਂ ਰਕਸ਼ਾ ਤੇ ਖੜਾ ਸੀਗਾ। ਅੱਛਾ ਇੱਕ ਇੱਥੋਂ ਲੈ ਕੇ ਗਿਆ। ਅੱਛਾ ਭੱਜ ਗਏ ਉਸ ਤੋਂ ਬਾਅਦ? ਉਸ ਤੋਂ ਬਾਅਦ ਭੱਜ ਗਏ, ਫਿਰ ਇਹਨਾਂ ਨੂੰ ਖਾਇਆ ਮਗਰ ਗਏ ਨੇ ਇੱਧਰ ਦੇ ਪਾਸੇ ਲੱਭੇ ਪਾਉਣੀ ਗਏ। ਉਸ ਤੋਂ ਬਾਅਦ ਰਕਸ਼ਾ ਉੱਥੇ ਖੜੀ ਸੀਗੀ। ਜਾਣਕਾਰੀ ਕਿਵੇਂ ਲੈ ਕੇ ਗਏ? ਔਰ ਕੜਛੀ ਨਾਲ ਲਾਏ, ਕੜਛੀ ਪਈ ਸੀ ਇੱਥੇ। ਅੱਛਾ ਅਸੀਂ ਦੇਖਿਆ ਕੜਛੀ ਦੇ ਪਿੱਛੋਂ ਇਹ ਡੰਡੀ ਹੈ ਨਾ ਉਹ ਸਾਰੀ ਟੇਢੀ ਹੋਈ ਪਈ ਹੈ, ਡੰਡੀ ਸਾਰੀ ਟੇਢੀ ਹੋਈ ਪਈ ਹੈ। ਅੱਛਾ ਕੜਛੀ ਨਾਲ ਹੀ ਲਾ ਲਿਆ? ਹਾਂਜੀ ਕੜਛੀ ਨਾਲ ਹੀ ਲਾ ਲਿਆ, ਵੱਜ ਗਿਆ ਨਾ ਫਟਾਫਟ ਕੀ ਕਹਿੰਦੇ ਇੱਕ ਰਿਕਸ਼ਾ ਤੇ ਸੀਗਾ ਆ ਕੜਛੀ ਹਾਂ ਕੜਛੀ ਐਵੇਂ ਨਾਲ ਲਾ ਲਿਆ। ਆ ਦੇਖੋ ਸਾਰੀ ਟੇਢੀ ਹੋਈ ਪਈ।